ਉਹਨੇ ਇੱਕ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ, ਕੋਈ ਐਸ ਪੀ ਲੇਡੀ ਅੰਮ੍ਰਿਤਸਰ ਦੀ ਜਿਹੜੀ ਸਾਰੇ ਲੋਕਾਂ ਨੂੰ ਕਹਿ ਰਹੀ ਹੈ ਕਿ ਸਟਿੱਕਰ ਲਾਏ ਜਾਣ। ਬੀਤੇ ਕੁਝ ਦਿਨ ਪਹਿਲੇ ਹਾਈ ਕੋਰਟ ਤੋਂ ਇੱਕ ਹੁਕਮ ਸੁਣਾਇਆ ਗਿਆ ਸੀ ਜਿਸ ਵਿੱਚ ਪ੍ਰਾਈਵੇਟ ਤੇ ਸਰਕਾਰੀ ਵਾਹਨਾਂ ਤੇ ਪ੍ਰੈਸ, ਪੁਲਿਸ ਜਾਂ ਕਿਸੇ ਸੰਸਥਾ ਦਾ ਨਾਮ ਦਾ ਸਟੀਕਰ ਨਹੀਂ ਲਗਾਇਆ ਜਾਵੇਗਾ, ਜਿਸ ਤੋਂ ਬਾਅਦ ਕਿ ਅੰਮ੍ਰਿਤਸਰ ਦੇ ਨਾਲ ਕਈ ਹੋਰ ਸ਼ਹਿਰਾਂ ਦੇ ਵੱਡੇ ਪੱਤਰਕਾਰਾਂ ਵੱਲੋਂ ਆਪਣੀ ਵਡਿਆਈ ਕਰਨ ਲਈ ਵਾਹਨਾਂ ਤੋਂ ਸਟੀਕਰ ਵੀ ਹਟਾ ਦਿੱਤੇ ਗਏ ਸੀ। ਬਾਅਦ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਵੀ ਹਰਕਤ ਵਿੱਚ ਆ ਕੇ ਕਾਫੀ ਵੱਡੇ ਪੱਧਰ ਤੇ ਵਾਹਨਾਂ ਤੋਂ ਪ੍ਰੈਸ, ਪੁਲਿਸ ਦੇ ਕਾਫੀ ਸਟੀਕਰ ਹਟਾਏ ਗਏ ਤੇ ਹੁਣ ਬੀਤੇ ਦਿਨ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿ ਹਾਈ ਕੋਰਟ ਦੇ ਵਕੀਲ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਈ ਕੋਰਟ ਵੱਲੋਂ ਵਾਹਨਾਂ ਤੋਂ ਸਟੀਕਰ ਉਤਾਰਨ ਦੀ ਗੱਲ ਹੋਈ ਹੈ। ਉਹ ਸਿਰਫ ਤੇ ਸਿਰਫ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਵਿਖੇ ਦੀ ਹੋਈ ਹੈ। ਤੁਸੀਂ ਵੀ ਦੇਖੋ ਪਹਿਲਾਂ ਇਹ ਵੀਡੀਓ। ਅੱਜ ਜੱਜਮੈਂਟ ਆਈ ਆ ਮਾਨਯੋਗ ਹਾਈ ਕੋਰਟ ਦੀ, ਜਿਹਦੇ ਵਿੱਚ ਪਾਰਕਿੰਗ ਨੂੰ ਲੈ ਕੇ, ਪਾਰਕਿੰਗ ਪਾਲਿਸੀ ਨੂੰ ਲੈ ਕੇ ਉੱਥੇ ਚੱਲ ਰਹੀ ਬਹਿਸ ਦੇ ਦੌਰਾਨ ਕੁਛ ਗੱਲਾਂ ਸਮਾਜ ਦੇ ਨਾਲ ਜੁੜੀਆਂ ਹੋਈਆਂ ਵੀ ਉੱਥੇ ਵਿਚਾਰੀਆਂ ਗਈਆਂ, ਜਿਹਦੇ ਵਿੱਚ ਖਾਸ ਤੌਰ 'ਤੇ ਸਟਿੱਕਰ ਲਾਉਣ ਦੀ ਇੱਕ ਕਵਾਇਦ ਸ਼ੁਰੂ ਕੀਤੀ ਗਈ ਹੈ। ਅੱਜ ਹੀ ਹੁਣੇ ਹੁਣੇ ਇੱਕ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ, ਕੋਈ ਐਸ ਪੀ ਲੇਡੀ ਅੰਮ੍ਰਿਤਸਰ ਦੀ ਜਿਹੜੀ ਸਾਰੇ ਲੋਕਾਂ ਨੂੰ ਕਹਿ ਰਹੀ ਹੈ ਕਿ ਸਟਿੱਕਰ ਲਾਏ ਜਾਣ। ਸਾਡੇ ਕੋਲ ਵਕੀਲ ਸਾਹਿਬ ਹਾਈਕੋਰਟ ਤੋਂ ਵਰਿੰਦਰ ਸ਼ਰਮਾ ਜੀ ਆਏ ਨੇ, ਅਸੀਂ ਉਹਨਾਂ ਤੋਂ ਪੁੱਛਦੇ ਹਾਂ ਕਿ ਉਹ ਜੱਜਮੈਂਟ ਜਿਹੜੀ ਹੈ ਉਸ ਬਾਰੇ ਕੀ, ਹਾਈਕੋਰਟ ਮਾਨਯੋਗ ਹਾਈਕੋਰਟ ਦੀ ਕੀ ਜੱਜਮੈਂਟ ਹੈ ਇਸ ਸੰਬੰਧ ਦੇ ਵਿੱਚ। ਹਾਈਕੋਰਟ ਦੇ ਵਿੱਚ ਸੀ ਡਬਲਯੂ ਪੀ ਪੀ ਆਈ ਐਲ ਨੰਬਰ 78 ਆਫ 2019 ਮਾਨਯੋਗ ਹਾਈਕੋਰਟ ਦੇ ਡਬਲ ਬੈਂਚ ਮਾਨਯੋਗ ਜੱਜ ਰਾਜੀਵ ਸ਼ਰਮਾ ਅਤੇ ਮਾਨਯੋਗ ਜੱਜ ਅਮੋਲ ਰਤਨ ਸਿੰਘ ਜੱਜ ਦੇ ਦੀ ਅਦਾਲਤ ਵਿੱਚ ਇਹ ਕੇਸ ਚੱਲ ਰਿਹਾ। ਮਿਤੀ 24 ਜਨਵਰੀ 2020 ਨੂੰ ਬਹਿਸ ਦੇ ਦੌਰਾਨ ਜਦੋਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵਕੀਲਾਂ ਨੇ ਜੱਜ ਸਾਹਿਬਾਨ ਦੇ ਸਾਹਮਣੇ ਕੁਝ ਮੁਸ਼ਕਲਾਂ ਦੱਸੀਆਂ ਕਿ ਕਿਵੇਂ ਆਮ ਲੋਕ ਆਪਣੀਆਂ ਪ੍ਰਾਈਵੇਟ ਗੱਡੀਆਂ 'ਤੇ, ਸਰਕਾਰੀ ਗੱਡੀਆਂ 'ਤੇ ਆਪਣਾ ਡੈਜੀਗਨੇਸ਼ਨ, ਸਟਿੱਕਰ, ਅਹੁਦਾ ਆਦਿ ਲਿਖਦੇ ਹਨ, ਜਿਸ ਕਰਕੇ ਚੰਡੀਗੜ੍ਹ ਦੇ ਵਿੱਚ ਜੋ ਪਾਰਕਿੰਗ ਪੋਲਿਸੀ ਬਣਾਈ ਜਾ ਰਹੀ ਹੈ ਉਹਦੇ ਸੰਬੰਧ ਵਿੱਚ ਕਾਫੀ ਦਿੱਕਤਾਂ ਆਉਂਦੀਆਂ ਹਨ। ਮਾਨਯੋਗ ਹਾਈ ਕੋਰਟ ਨੇ ਉਹਨਾਂ ਦੀ ਦਲੀਲ ਸੁਣਨ ਦੇ ਬਾਅਦ ਇੰਟਰਨ ਤੌਰ 'ਤੇ ਜੋ ਆਰਡਰ ਕੀਤੇ ਹਨ ਉਹ ਮੈਂ ਵਕੀਲ ਸਾਹਿਬ ਨੂੰ, ਜਿਨ੍ਹਾਂ ਨੇ ਸਵਾਲ ਪੁੱਛਿਆ ਹੈ, ਉਹਨਾਂ ਨੂੰ ਪੜ੍ਹ ਕੇ ਸੁਣਾਉਂਦਾ। ਇਹਨਾਂ 'ਤੇ ਗੌਰ ਕੀਤਾ ਜਾਵੇ, ਇਹ ਆਰਡਰ ਸਿਰਫ ਅਤੇ ਸਿਰਫ ਯੂਨੀਅਨ ਟੈਰੀਟਰੀ ਚੰਡੀਗੜ੍ਹ ਵਾਸਤੇ ਹਨ। ਮੈਂ ਪੜ੍ਹ ਕੇ ਸੁਣਾਉਂਦਾ ਹਾਂ। ਡਿਊਰਿੰਗ ਦੀ ਕੋਰਸ ਆਫ ਹੀਅਰਿੰਗ ਇਟ ਵਾਜ਼ ਬਰਾਟ ਟੂ ਦੀ ਨੋਟਿਸ ਆਫ ਦੀ ਕੋਰਟ ਬਾਈ ਦੀ ਲਰਨਰਡ ਐਡਵੋਕੇਟ ਦੈਟ ਔਨ ਗੌਰਮੈਂਟ ਵਹੀਕਲਸ, ਪ੍ਰਾਈਵੇਟ ਵਹੀਕਲਸ, ਡੈਜੀਗਨੇਸ਼ਨਸ ਆਫ ਆਫਿਸਿਸ, ਅਨਔਥੋਰਾਈਜ਼ਡ ਐਂਬੂਲੈਂਸ ਆਰ ਡਿਸਪਲੇਡ, ਵਰਡ ਲਾਈਕ ਕੋਰਟ, ਆਰਮੀ, ਪੁਲਿਸ, ਪ੍ਰੈਸ ਐਟਸੈਟਰਾ ਆਰ ਆਲਸੋ ਸ਼ੋਨ
ਅੱਗੇ ਕੋਰਟ ਨੇ ਜੋ ਆਰਡਰ ਕੀਤੇ ਹਨ ਉਹ ਇਹ ਹਨ ਅਕੋਰਡਿੰਗਲੀ ਦੀ ਡਿਸਪਲੇ ਆਫ ਡੈਜੀਗਨੇਸ਼ਨ ਡਿਸਕ੍ਰਿਪਸ਼ਨ ਆਫ ਆਫਿਸਿਸ ਅਨਔਥੋਰਾਈਜ਼ਡ ਯੂਜ ਆਫ ਐਂਬੂਲੈਂਸ ਔਨ ਗੌਰਮੈਂਟ ਪ੍ਰਾਈਵੇਟ ਵਹੀਕਲ ਇਜ ਬੈਂਡ ਫੋਰਸ ਵਿਦ ਰਾਈਟਿੰਗ ਆਫ ਵਰਡਸ ਲਾਈਕ ਕੋਰਟ ਆਰਮੀ ਏਅਰਪੋਰਟ ਨੇਵੀ ਪੁਲਿਸ ਪ੍ਰੈਸ ਔਰ ਐਨੀ ਡੈਜੀਗਨੇਸ਼ਨ ਲਾਈਕ ਚੇਅਰਮੈਨ ਵਾਈਸ ਚੇਅਰਮੈਨ ਐਟਸੈਟਰਾ ਇਜ ਪ੍ਰੋਹਿਬਿਟਡ ਫੋਰਸ ਵਿਦ ਅੱਗੇ ਗੌਰ ਵਾਲੀ ਲਾਈਨ ਹੈ ਦਿਸ ਡਾਇਰੈਕਸ਼ਨ ਬੀ ਇੰਪਲੀਮੈਂਟਡ ਬਾਈ ਦੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵਿਦ ਇਨ 72 ਆਵਰਸ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਡਾਇਰੈਕਸ਼ਨ ਉੱਤੇ ਆਪਣੇ ਲਾਗੂ ਇਹਨਾਂ ਨੂੰ ਕਰਨਾ ਬਹੱਤਰ ਘੰਟੇ ਵਿੱਚ ਇਹ ਕਿਉਂਕਿ ਜਿਹੜੀ ਕੇਸ ਹਾਈਕੋਰਟ ਚੱਲ ਰਿਹਾ ਹੈ ਉਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਪੰਚਕੂਲਾ ਮੋਹਾਲੀ ਇਹ ਤਿੰਨਾਂ ਕਸਬਿਆਂ ਦੀ ਪਾਰਕਿੰਗ ਪੋਲਿਸੀ ਦੇ ਸੰਬੰਧ ਵਿੱਚ ਹੈ ਇਸ ਕਰਕੇ ਇਹ ਜਿਹੜੇ ਆਦੇਸ਼ ਕੀਤੇ ਹਨ ਹਾਈਕੋਰਟ ਨੇ ਇਹ ਸਿਰਫ ਇਹਨਾਂ ਤਿੰਨਾਂ ਸ਼ਹਿਰਾਂ ਦੇ ਉੱਤੇ ਹੀ ਲਾਗੂ ਹੁੰਦੇ ਹਨ ਕਿਰਪਾ ਕਰਕੇ ਮੈਂ ਆਪਣੇ ਪੁਲਿਸ ਦੇ ਭੈਣਾਂ ਦੇ ਭਰਾਵਾਂ ਨੂੰ ਇਹ ਸਲਾਹ ਦਿੰਦਾ ਹਾਂ ਕਿ ਲੱਗਦਾ ਇਹ ਹੈ ਕਿ ਉਹਨਾਂ ਨੇ ਇਹ ਆਰਡਰ ਚੰਗੀ ਤਰ੍ਹਾਂ ਨਹੀਂ ਪੜ੍ਹੇ ਇਹ ਸਿਰਫ ਅਤੇ ਸਿਰਫ ਯੂਨੀਅਨ ਟੈਰੀਟਰੀ ਚੰਡੀਗੜ੍ਹ ਦੇ ਅਫਸਰਾਂ ਨੂੰ ਹਦਾਇਤ ਦਿੱਤੀ ਗਈ ਹੈ ਜੱਜਾਂ ਵੱਲੋਂ ਪੰਜਾਬ ਦੇ ਸ਼ਹਿਰੀਆਂ ਨੂੰ ਆਮ ਸ਼ਹਿਰੀਆਂ ਨੂੰ ਅਫਸਰਾਂ ਨੂੰ ਜੁਡੀਸ਼ਲ ਅਫਸਰਾਂ ਨੂੰ ਪੁਲਿਸ ਅਫਸਰਾਂ ਨੂੰ ਦੂਜਿਆਂ ਨੂੰ ਇਸ ਸੰਬੰਧ ਵਿੱਚ ਪੰਜਾਬ ਪੁਲਿਸ ਵੱਲੋਂ ਤੰਗ ਕੀਤਾ ਜਾਣਾ ਬੰਦ ਕੀਤਾ ਜਾਵੇ ਇਹ ਵੀਡੀਓ 'ਚ ਕਿੰਨੀ ਕੁ ਸੱਚਾਈ ਹੈ ਚੈਨਲ ਇਸ ਗੱਲ ਦੀ ਹਜੇ ਪੁਸ਼ਟੀ ਨਹੀਂ ਕਰਦਾ ਪਰ ਇਸ ਵੀਡੀਓ ਨੇ ਹਰ ਇੱਕ ਨੂੰ ਸੋਚ ਵਿਚਾਰ ਵਿੱਚ ਜ਼ਰੂਰ ਪਾ ਦਿੱਤਾ ਹੈ ਬਿਊਰੋ ਰਿਪੋਰਟ ਜੀਵੇ ਪੰਜਾਬ ਟੀਵੀ